فرمایا انما يريد الله ليذهب عنكم الرجس أهل البيت ويطهركم تطهيرا. سبحان اللہ سبحان اللہ. قرآن قرآن میں تیری عظمت تو صدقے جاواں, لکھ وار میں قربان ہوندا جاواں. ذرا اس مقام دے شان نزول تے غور کرنا, میرے تیرے مرشد پاک جناب محمد صلی اللہ علیہ وسلم نبی پاک اسرا تشریف فرمانے, میرے آقا نے ایک خادم نو بھیجیا ہے, فرمایا جاؤنا میرے پیارے علی نو بلا کے لیاؤ. بلایا گیا ہے, آپ نے حضرت خاتون جنت سیدہ زہرا نو بلایا, آپ نے حضرت حسن نو بلایا, حضرت حسین نو بلایا, ان چواں نو اپنے قریب کر لیا ہے, اور انہاں دے اپنی چادر نو دے دیتا ہے. نبی پاک فرماندے نے, فرمایا اللہم ہؤلاء اہل البیت, اے میرے مالک, اے میرے گھر والے نے, اے میرے اہل بیت نے. اللہ مینو انہاں نال پیار بڑا ہے, مینو انہاں نال محبت بڑی ہے. اس موقع تے اللہ رب العزت نے آسمان تو قرآن پاک دی آیت نو نازل فرمایا ہے. فرمایا انما یرید اللہ لیذہب عنکم الرجس اہل البیت ویطہرکم تطہیرا. توجہ کرنا ذرا, غور کر دے جانا, اور او کرانا او خاندان, ان اس خاندان دے اندروں ذرا میں حضرت حسن تے حسین دی عظمت رکھا. حضرت مولا علی شیر خدا رضی اللہ تعالی عنہ بیان کر دینے, فرما دینے اگر کسی نے ویکھنا ہوئے نبی پاک نال ملدا جلدا مشابت رکھ دے شکل و صورت دے لحاظ نال, اگر کسی نے ویکھنا ہوئے گردن اور سر اور چہرہ ملدا جلدا ویکھنا ہوئے تے میرے لخت جگر حسن نو دیکھ لوے. فرمایا اگر کسی نے گردن تو لے کے قدماں تک ویکھنا ہوئے تے میرے حسین نو ویکھ لوے, حسین نبی پاک نال ملدے جلدے نے. اللہ اللہ, کون حضرت سیدنا حسن تے حسین رضی اللہ تعالی عنہما, آؤنا ہر اہل ایمان دے انہاں دا احترام کرنا فرض, اساں انہاں دا احترام کرنے آ. ہر اہل ایمان احترام کردا ہے, جیڑا احترام نہیں کردا میں اونوں مسلمان نہیں بندا. میں تھانوں نبی پاک دی محبت دی ایک جھلک وکھاواں, دھیان کریا تے ذرا, اور میں دساں اس بندے دے الزام میں برا کراں
ਜਿਹੜਾ ਇਹ ਗੱਲ ਕਹਿੰਦਾ ਅਸੀਂ ਮੁਹੱਬਤ ਨਹੀਂ ਕਰਦੇ ਅਹਿਲੇ ਬੈਤ ਨਾਲ, ਅਸੀਂ ਮੁਹੱਬਤ ਨਹੀਂ ਕਰਦੇ ਹਜ਼ਰਤ ਦੇ ਹਸਨ ਨਾਲ, ਅਸੀਂ ਮੁਹੱਬਤ ਨਹੀਂ ਕਰਦੇ ਹਜ਼ਰਤ ਦੇ ਹੁਸੈਨ ਨਾਲ, ਅੱਲਾ ਅੱਲਾ ਧਿਆਨ ਕਰਨਾ ਦਰਾ ਮੇਰੇ ਤੇਰੇ ਮੁਰਸ਼ਦ ਪਾਕ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਆਕਾ ਹਜ਼ਰਾਂ ਸਹਾਬਾ ਨਾਲ ਨਬੀ ਪਾਕ ਚੱਲਦੇ ਜਾ ਰਹੇ ਨੇ ਤੇ ਇੱਕ ਘਰ ਦੇ ਅੰਦਰ ਦਾਵਤ ਦਾ ਇੰਤਜ਼ਾਮ ਕੀਤਾ ਗਿਆ। ਰਾਵੀ ਬਿਆਨ ਕਰਦੇ ਅਸੀਂ ਹਜ਼ੂਰ ਦੇ ਨਾਲ ਚੱਲਦਿਆਂ ਚੱਲਦਿਆਂ ਰਸਤੇ ਦੇ ਅੰਦਰ ਨਜ਼ਰਾਂ ਪਈਆਂ ਨੇ ਤੇ ਇਸ ਤਰ੍ਹਾਂ ਕੁਝ ਬੱਚੇ ਖੇਲਦੇ ਕੂਦਦੇ ਨਜ਼ਰ ਆਏ ਨੇ ਤੇ ਮੇਰੇ ਆਕਾ ਵੇਂਦੇ ਨੇ ਪਏ ਹਜ਼ੂਰ ਠਹਿਰ ਗਏ ਨੇ, ਨਬੀ ਪਾਕ ਦੀਆਂ ਨਿਗਾਹਾਂ ਜਾ ਅਟਕੀਆਂ ਨੇ ਆਪਣੇ ਪਿਆਰੇ ਹੁਸੈਨ ਤੇ ਅਟਕੀਆਂ ਨੇ। ਇਹਨਾਂ ਬੱਚਿਆਂ ਦੇ ਅੰਦਰ ਹਜ਼ਰਤ ਸੈਯਦ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੋ ਇਹ ਵੀ ਖੇਲ ਦੇਣੇ ਪੈ, ਨਬੀ ਪਾਕ ਇਹਨਾਂ ਨੂੰ ਵੇਖ ਕੇ ਰੁਕ ਗਏ। ਰਾਵੀ ਆਂਦਾ ਹਜ਼ਰਤ ਨਬੀ ਪਾਕ ਨੇ ਇੰਜ ਆਪਣੇ ਬਾਜ਼ੂ ਫੈਲਾ ਲਏ, ਫਰਮਾਇਆ ਹੁਸੈਨ ਆਨਾ ਮੇਰੇ ਅਸ਼ਹਜ਼ਾਦਿਆ ਮੇਰੇ ਗਲੇ ਨਾਲ ਲੱਗ ਜਾ। ਨਬੀ ਪਾਕ ਬਾਜ਼ੂ ਫੈਲਾਏ ਨੇ, ਹਜ਼ੂਰ ਵੀ ਮੁਸਕੁਰਾਉਂਦੇ ਨੇ ਪੈ ਤੇ ਹੁਸੈਨ ਵੀ ਮੁਸਕੁਰਾਉਂਦੇ ਨੇ ਪੈ। ਹਜ਼ਰਤ ਬੱਚਿਆਂ ਦੀ ਆਦਤ ਹੁੰਦੀ ਹੈ, ਹਜ਼ਰਤ ਹੁਸੈਨ ਕਦੀ ਸੱਜੇ ਦੌੜਾਂ ਲਾਉਂਦੇ ਨੇ ਕਦੀ ਖੱਬੇ ਦੌੜਾਂ ਲਗਾਉਂਦੇ ਨੇ ਪੈ ਤੇ ਮੇਰੇ ਆਕਾ ਆਖਰ ਅੱਗੇ ਹੋ ਕੇ ਹੁਸੈਨ ਨੂੰ ਪਕੜ ਲਿਆ। ਚੈੱਕ ਕਰ ਮੁਹੱਬਤ ਹਜ਼ੂਰ ਦੀ ਹੁਸੈਨ ਨਾਲ, ਹੁਸੈਨ ਦੀ ਮੁਹੱਬਤ ਆਪਣੇ ਨਾਨਾ ਜਾਨ ਨਾਲ, ਲਿਖ ਕੇ ਲੈ ਜਾ। ਤੇ ਇੱਧਰ ਜਨਾਬ ਨਬੀ ਪਾਕ ਨੇ ਸੀਨੇ ਨਾਲ ਲਗਾਇਆ ਆਪਣਾ ਇੱਕ ਹੱਥ ਹੁਸੈਨ ਦੀ ਠੋੜੀ ਤੇ ਰੱਖਿਆ ਔਰ ਦੂਸਰਾ ਹੱਥ ਹੁਸੈਨ ਦੇ ਸਰ ਤੇ ਰੱਖਿਆ ਹੈ ਤੇ ਮੇਰੇ ਆਕਾ ਹੁਸੈਨ ਦੇ ਚਿਹਰੇ ਤੋਂ ਬੋਸੇ ਲਈ ਜਾਂਦੇ ਨੇ ਬੈ। ਨਬੀ ਪਾਕ ਰੁਖਸਾਰ ਚੁੰਮਦੇ ਨੇ ਬੈ, ਕਦੀ ਹੋਂਟਾਂ ਤੋਂ ਬੋਸੇ ਲੈਂਦੇ ਨੇ ਬੈ, ਕਦੀ ਪੇਸ਼ਾਨੀ ਤੋਂ ਬੋਸੇ ਲੈਂਦੇ ਨੇ ਬੈ। ਆਖਰ ਮੇਰੇ ਆਕਾ ਨੇ ਹੁਸੈਨ ਨੂੰ ਸੀਨੇ ਨਾਲ ਲਗਾਇਆ ਹੈ ਤੇ ਮੇਰੇ ਆਕਾ ਫਰਮਾਉਂਦੇ ਤਿੰਨ ਬਾਤਾਂ ਇਸ ਮੌਕੇ ਤੇ ਨਬੀ ਪਾਕ ਨੇ ਕੀਤੀਆਂ ਨੇ। ਪਹਿਲੀ ਗੱਲ ਕੀਤੀ ਤੱਕੀ ਜ਼ਰਾ ਮੇਰੇ ਵੱਲ ਸਿਆਲ ਕੋਟੀਆ, ਪਹਿਲੀ ਗੱਲ ਕੀਤੀ ਹੈ ਫਰਮਾਇਆ ਹੁਸੈਨ ਮੇਰੇ ਵਿੱਚੋਂ ਹੈ ਤੇ ਮੈਂ ਹੁਸੈਨ ਦੇ ਵਿੱਚੋਂ ਹਾਂ, ਹੁਸੈਨ ਮੇਰੇ ਵਿੱਚੋਂ ਮੈਂ ਹੁਸੈਨ ਦੇ ਵਿੱਚੋਂ ਇੱਕ ਗੱਲ, ਦੂਸਰੀ ਗੱਲ ਮੇਰੇ ਆਕਾ ਨੇ ਕੀਤੀ ਹੈ। ਤਮਾਮ ਸਹਾਬਾ ਮੁਤਵੱਜੇ ਨੇ, ਹਜ਼ੂਰ ਫਰਮਾਉਂਦੇ ਨੇ ਫਰਮਾਇਆ ਮੇਰਾ ਸ਼ਹਿਜ਼ਾਦਾ ਹੁਸੈਨ ਨਵਾਸਿਆਂ ਵਿੱਚੋਂ ਇੱਕ ਨਵਾਸਾ ਹੈ, ਇਹ ਮੇਰਾ ਪਿਆਰਾ ਹੈ। ਤੀਸਰੀ ਗੱਲ ਕੀਤੀ ਹੈ ਐਨ ਮੇਰੇ ਆਕਾ ਨੇ ਹੁਸੈਨ ਨੂੰ ਸੀਨੇ ਨਾਲ ਲਗਾਇਆ ਹੋਇਆ ਤੇ ਹਜ਼ੂਰ ਐਂ ਆਸਮਾਨਾਂ ਵੱਲੇ ਨਿਗਾਹਾਂ ਉਠਾ ਲਈਆਂ ਨੇ, ਫਰਮਾਇਆ ਅਰਸ਼ਾਂ ਵਾਲਿਆ ਮੈਨੂੰ ਹੁਸੈਨ ਨਾਲ ਬੜਾ ਪਿਆਰ ਹੈ, ਅੱਲਾ ਮੈਨੂੰ ਹੁਸੈਨ ਨਾਲ ਬੜੀਆਂ ਮੁਹੱਬਤਾਂ ਨੇ, ਮੈਨੂੰ ਆਪਣੇ ਇਸ ਨਵਾਸੇ ਨਾਲ ਬੜੀ ਉਲਫਤ ਹੈ। ਫਰਮਾਇਆ ਅੱਲਾ ਮੈਂ ਇਹਦੇ ਨਾਲ ਪਿਆਰ ਕਰਨਾ, ਮੌਲਾ ਦੁਨੀਆ ਚੋਂ ਜਿਹੜਾ ਮੇਰੇ ਇਸ ਨਵਾਸੇ ਨਾਲ ਪਿਆਰ ਕਰਦਾ ਹੈ ਅੱਲਾ ਤੂੰ ਉਹਦੇ ਨਾਲ ਪਿਆਰ ਫਰਮਾ। ਹੌਲੀ ਆਖੋ ਸੁਭਾਨ ਅੱਲਾਹ, ਉੱਚੀ ਆਖੋ ਫਿਰ ਸੁਭਾਨ ਅੱਲਾਹ। ਫਰਮਾਇਆ ਮੌਲਾ ਮੈਂ ਇਹਦੇ ਨਾਲ ਪਿਆਰ ਕਰਨਾ ਵਾ, ਅੱਲਾ ਜਿਹੜਾ ਇਹਦੇ ਨਾਲ ਪਿਆਰ ਕਰਦਾ ਹੈ ਅੱਲਾ ਤੂੰ ਦੇਣਾ ਮੁਹੱਬਤ ਫਰਮਾ। ਔਰ ਸੋਹਣਿਆ ਕਾਇਨਾਤ ਦੇ ਅੰਦਰ ਅੱਲਾ ਅੱਲਾ ਨਬੀ ਪਾਕ ਤੋਂ ਜਿਤਨੀਆਂ ਅਹਾਦੀਸ ਨੇ ਸਭ ਤੋਂ ਜ਼ਿਆਦਾ ਅਮਲ ਉਸ ਹਦੀਸ 'ਤੇ ਕਰਦਾ ਅਤੇ ਅਹਿਲੇ ਹਦੀਸ ਕਰਦਾ ਅੱਲਾ ਅੱਲਾ, ਅਤੇ ਅਸੀਂ ਇਸ ਹਦੀਸ 'ਤੇ ਕਿਉਂ ਨਾ ਅਮਲ ਕਰੀਏ।
ਇਹ ਕਿਵੇਂ ਹੋ ਸਕਦਾ ਹੈ ਅਸੀਂ ਅਹਿਲੇ ਬੈਤ ਨਾਲ ਪਿਆਰ ਨਾ ਕਰੀਏ, ਇਹ ਕਿਵੇਂ ਹੋ ਸਕਦਾ ਹੈ ਅਸੀਂ ਹਸਨ ਨਾਲ ਪਿਆਰ ਨਾ, ਹਸਨ ਤੋਂ ਹਮਾਰੇ ਦਿਲ ਕਾ ਚੈਨ ਹੈ, ਹੁਸੈਨ ਤੋਂ ਹਮਾਰੇ ਦਿਲ ਕਾ ਚੈਨ ਹੈ, ਹਸਨ ਤੇ ਹੁਸੈਨ ਸਾਡੀਆਂ ਅੱਖਾਂ ਦੀ ਠੰਡਕ, ਸਾਡੇ ਇਮਾਨ ਦਾ ਹਿੱਸਾ, ਅਹਿਲੇ ਬੈਤ ਸਾਡੇ ਇਮਾਨ ਦਾ ਹਿੱਸਾ, ਅਸੀਂ ਕਿਉਂ ਨਾ ਫਿਰ ਮੁਹੱਬਤ ਕਰ ਕਰਕੇ ਰਹਿਮਾਨ ਦੀਆਂ ਮੁਹੱਬਤਾਂ ਹਾਸਲ ਕਰੀਏ। ਆਣਾ ਮੇਰੇ ਤੇ ਇਲਜ਼ਾਮ ਲਗਾਉਣਾ ਹੈ ਅਹਿਲੇ ਬੈਤ ਨਾਲ ਮੁਹੱਬਤ ਨਹੀਂ, ਆ ਮੈਂ ਤੈਨੂੰ ਦੱਸਾਂ ਕਿਵੇਂ ਮੁਹੱਬਤ ਕਰਨੇ ਆ। ਓਏ ਅਸਾਂ ਤੇ ਜਨਾਬ ਅਜ਼ਾਨ ਪੜ੍ਹਨੇ ਆ, ਅਜ਼ਾਨ ਤੋਂ ਫੌਰਨ ਬਾਅਦ ਪਤਾ ਹੀ ਕੀ ਆਨੇ ਆ, ਅੱਲਾਹੁਮਾ ਸੱਲੀ ਅਲਾ ਮੁਹੰਮਦਿਲ ਵਾਲਾ ਆਲੀ ਮੁਹੰਮਦ ਵਾਲਾ ਆਲੀ ਮੁਹੰਮਦ ਵਾਲਾ ਆਲੀ ਮੁਹੰਮਦ, ਚਸ ਲੈ ਲੈ ਪੜ੍ਹਨੇ ਆ, ਬਾਵਜ਼ੂ ਹੋ ਪੜ੍ਹਨੇ ਆ, ਲੱਜ਼ਤ ਲੈ ਲੈ ਪੜ੍ਹਨੇ ਆ। ਓਏ ਆਲੇ ਮੁਹੰਮਦ ਤੇ ਦੁਆਵਾਂ ਦਰੂਦ ਦੀਆਂ ਜਨਾਬੇ ਵਾਲਾ ਕਰਨੇ ਆ, ਅੱਲਾਹੁਮਾ ਸੱਲੀ ਅਲਾ ਮੁਹੰਮਦਿਲ ਵਾਲਾ ਆਲੀ ਮੁਹੰਮਦਿਲ ਕਮਾ ਸੱਲੈਤਾ ਅਲਾ ਇਬਰਾਹੀਮਾ ਵਾਲਾ ਆਲੀ ਇਬਰਾਹੀਮ ਇਨਕਾ ਹਮੀਦੁਮ ਮਜੀਦ। ਅੱਲਾਹੁਮਾ ਬਾਰਿਕ ਅਲਾ ਮੁਹੰਮਦਿਲ ਵਾਲਾ ਆਲੀ ਮੁਹੰਮਦ ਵਾਲਾ ਆਲੀ ਮੁਹੰਮਦ ਵਾਲਾ ਆਲੀ ਮੁਹੰਮਦ। ਸੋਹਣਿਆ ਅਸੀਂ ਹਰ ਅਜ਼ਾਨ ਤੋਂ ਬਾਅਦ ਪੜ੍ਹਨੇ ਹਾਂ, ਉਹ ਦੁਆ ਲਈ ਹੱਥ ਚੁੱਕੀਏ, ਅਸੀਂ ਹਰ ਦੁਆ 'ਚ ਪਹਿਲਾਂ ਅੱਲਾਹੁਮਾ ਸੱਲੀ ਅਲਾ ਮੁਹੰਮਦਿਲ ਵਾਲਾ ਆਲੀ ਮੁਹੰਮਦਿਲ। ਅਸੀਂ ਉਸ ਦੁਆ ਨੂੰ ਦੁਆ ਨਹੀਂ ਸਮਝਦੇ ਜਿਹਦੇ 'ਚ ਦਰੂਦ ਨਾ ਹੋਵੇ, ਅਸੀਂ ਉਸ ਦਰੂਦ ਨੂੰ ਦਰੂਦ ਨਹੀਂ ਸਮਝਦੇ ਜਿਹਦੇ 'ਚ ਆਲੇ ਮੁਹੰਮਦ ਦਾ ਜ਼ਿਕਰ ਨਾ ਹੋਵੇ। ਸਾਡੀ ਮੁਹੱਬਤ ਚੈੱਕ ਕਰ, ਹਰ ਨਮਾਜ਼ 'ਚ ਅਸੀਂ ਪੜ੍ਹਨੇ ਆ, ਧਿਆਨ ਕਰਨਾ ਜ਼ਰਾ ਗੌਰ ਕਰਦੇ ਜਾਣਾ, ਅਸਾਂ ਇਹ ਮੁਹੱਬਤ ਕਰਨੀ ਸਿੱਖੀਏ ਤੇ ਸਿੱਦੀਕ ਕੋਲੋਂ ਸਿੱਖੀਏ, ਅਸਾਂ ਮੁਹੱਬਤ ਕਰਨੀ ਸਿੱਖੀਏ ਹਜ਼ਰਤ ਫਾਰੂਕ ਕੋਲੋਂ ਸਿੱਖੀਏ, ਅਸਾਂ ਮੁਹੱਬਤ ਕਰਨੀ ਸਿੱਖੀਏ ਉਸਮਾਨ ਕੋਲੋਂ ਸਿੱਖੀਏ, ਹੈਦਰੇ ਕਰਾਰ ਕੋਲੋਂ ਸਿੱਖੀਏ, ਅਬੂ ਹੁਰੈਰਾ ਕੋਲੋਂ ਸਿੱਖੀਏ, ਅਨਸ ਕੋਲੋਂ ਸਿੱਖੀਏ, ਜ਼ੈਦ ਕੋਲੋਂ ਸਿੱਖੀਏ, ਨਬੀ ਦੇ ਸਿਹਾਬਾ ਕੋਲੋਂ। ਅਸਾਂ ਅਹਿਲੇ ਬੈਤ ਨਾਲ ਮੁਹੱਬਤ ਕਰਨੀ ਸਿੱਖੀਏ। ਮੈਂ ਮੁਹੱਬਤ ਦੀਆਂ ਬੋਲੀਆਂ ਬੋਲਾਂ ਤੇ ਗੱਲ ਅੱਗੇ ਜਲਾਵਾਂ, ਧਿਆਨ ਨਾਲ ਗੱਲ ਸੁਣ ਲਿਆ ਜੇ ਤੜਪਿਆ ਦੇ ਦਾ, ਮੈਂ ਅਹਿਲੇ ਬੈਤ ਦਾ ਨੌਕਰ, ਮੈਂ ਅਹਿਲੇ ਬੈਤ ਦਾ ਨੌਕਰ, ਮੈਂ ਅਹਿਲੇ ਬੈਤ ਦਾ ਨੌਕਰ, ਮੈਂ ਨੌਕਰ ਹਾਂ ਸਹਾਬਾ ਦਾ, ਉਹ ਜੰਨਤੀ ਲੋਕ ਨੇ ਸਾਰੇ ਅਕੀਦਾ ਹਰ ਮੁਸਲਮਾਨ ਦਾ, ਮੈਂ ਅਹਿਲੇ ਬੈਤ ਦਾ ਨੌਕਰ, ਮੈਂ ਅਹਿਲੇ ਬੈਤ ਦਾ ਨੌਕਰ, ਮੈਂ ਅਹਿਲੇ ਬੈਤ ਦਾ ਨੌਕਰ, ਮੈਂ ਨੌਕਰ ਹਾਂ ਸਹਾਬਾ ਦਾ, ਉਹ ਜੰਨਤੀ ਲੋਕ ਨੇ ਸਾਰੇ ਅਕੀਦਾ ਹਰ ਮੁਸਲਮਾਨ ਦਾ, ਮੈਂ ਅਹਿਲੇ ਬੈਤ ਦਾ ਨੌਕਰ, ਮੇਰੇ ਦਿਲ ਵਿੱਚ ਮੁਹੱਬਤ ਹੈ ਮੁਹੰਮਦ ਦੇ ਘਰਾਨੇ ਦੀ, ਮੇਰੇ ਦਿਲ ਵਿੱਚ ਮੁਹੱਬਤ ਹੈ ਮੁਹੰਮਦ ਦੇ ਘਰਾਨੇ ਦੀ, ਕਰਾਂ ਮੈਂ ਸਾਰੀ ਉਮਰਾਂ ਨੌਕਰੀ ਉਸ ਆਸਿਆਨੇ ਦੀ, ਅਲੀ ਹਸਨੈਨ ਤੇ ਜ਼ਹਰਾ, ਅਲੀ ਹਸਨੈਨ ਤੇ ਜ਼ਹਰਾ, ਅਲੀ ਹਸਨੈਨ ਤੇ ਜ਼ਹਰਾ, ਇਹ ਵਿਰਸਾ ਹੈ ਅਹਿਲੇ ਈਮਾਨ ਦਾ, ਉਹ ਜੰਨਤੀ ਲੋਕ ਨੇ ਸਾਰੇ ਅਕੀਦਾ ਹਰ ਮੁਸਲਮਾਨ ਦਾ,
میں اہل بیت دانو کر اللہ اللہ غور کرنا توجہ کر دے جانا بڑی محبت نال میں ذرا گل کے چلاواں تے گل اختتام والے آواں اللہ اکبر حضرت سیدنا حضرت سیدہ ام سلمہ رضی اللہ تعالی عنہا حضرت ام سلمہ بیان کر دیاں نے میں نبی پاک دے کولاں حضور نے فرمایا دروازہ بند کر دیو آسمان تو فرشتہ آیا ہے اللہ اللہ فرمایا کوئی بھی دروازے تے آ جائے دروازہ نہیں کھولنا اللہ اکبر دروازہ بند کر دیتا گیا ہے اجازت نہیں دینی تھوڑا جا ٹائم گزرے آئے دروازہ کھٹکی آئے دروازہ کھٹکی جاندہ ہے پیا یہ میں لگتا ہے جی میں کو بچہ پیا کھٹکاندہ ہے کھٹکا ہی جاندہ ہے پیا پوچھے آگیا من دکل باب کون ہے حرمایا میں حسین آیا ماں اللہ اللہ نبی پاک نوند سے آگیا ہے تے میرے آقا فرما دینے تے میرا پھول آیا ہے تے میرا سزاد آیا ہے حرمایا دروازہ کھول دیو حسین نو اندر آن دیو حضرت حسین نو اندر آن دیتا گیا ہے نبی پاک نے اس طرح سینے نہ لگا کے اپنی گود چے بٹھا لیا ہے حضرت حسین نو کون میرے پیغمبر دے حسن تے حسین میرے آقا فرمایا کر دے سن اے حسن تے حسین میرے دو پھول نے اے میرے دو پھول نے اللہ اللہ نبی پاک نے نبدوان پھولاں نال پیار کر کر کے ٹھنڈک بجائی ہے اپنے سینے نو ٹھنڈیاں کیتا ہے کون حضرت حسن تے حسین اللہ اکبر حضور فرما دینے حرمایا کل قیامت دا دن ہوئے گا سنو اہل بیت دے پھولاں دی گل سنو اہل بیت دے شہزادیاں دی گل سنو ذرا اللہ اللہ نبی پاک فرما دینے قیامت دا دن ہوئے گا کل قیامت دا دن ہوئے گا جنت دے اندر اللہ میرے نہ دونا شہزادیاں نو جنتی جواناں دا سردار بنا دےوے گا اور جواناں چلیا کر حسن دے نقشے قدم تے اور جواناں چلیا کر حسین دے نقشے قدم تے محبت دے دعوے کرنے ہم حسینی ہم جناب صحابہ سے محبت کرنے والے ہونے اپنا اولیا بھی جناب والا انہاں ورگا بنایا اللہ اللہ غور کرنا ذرا غور کرنا حرمایا جنتی جوانا دے سردار نے آؤ میں محبت دی بولی بولا چین دیندائے قرار دیندائے نا حسین دا سینہ ٹھار دیندائے اللہ غور کرنا غور کرنا چین دیندائے قرار دیندائے نا حسین دا سینہ ٹھار دیندائے اوہ صرف انہیں کو بندیاں دی آواز ہے گل وڈیاں ہستیاں دی اوچی کہو سبحان اللہ 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 جے تے میں تھانو آخر دے محبت وکھانی ہے صحاباتی تے اہل بیت دی دھیان کرنا ذرا چین دیندا اے قرار دیندا اے نا حسین دا سینہ ٹھار دیندا اے چین دیندا اے قرار دیندا اے نا حسین دا سینہ ٹھار دیندا اے ساڈا عقیدہ تے ایمان اے ساڈا عقیدہ تے ایمان اے حسین کربل وچ پڑھیا قرآن اے حسین کربل وچ پڑھیا قرآن اے
शिमर को बिछाड़ देना है, शिमर को बिछाड़ देना है, ना हुसैन दा सीना ढार देना है, चैन देंदा है, करार देंदा है, ना हुसैन दा सीना ठार देंदा है। अल्लाह अल्लाह गौर करना, कुरान आंदा है, फरमाया मुहम्मदुर रसूलुल्लाह वल्लज़ीना माअहु अशिद्दाउ अलल कुफारी रुहमाउ बैनहुम तराउम रुकअन सुज्जदैन यबतगून फज़लम मिनल्लाहि वरिज़वाना। नबी पाक दे सहाबा आपस दे अंदर बड़िया मुहब्बतां वाले, काफरां वास्ते बड़े सख्त सन, गैरां वास्ते बड़े सख्त सन, इस्लाम दुश्मनां वास्ते, कुरान हदीस दे दुश्मना वास्ते, तौहीद दे दुश्मना वास्ते, आले मुहम्मद दे दुश्मना वास्ते, सहाबा बड़े सफल सन। ध्यान करिया दे, जरा गौर करिया दे, आओ मैं गल करा आखरी ते गल करा हजरत दे यारे गार, हजरत सिद्दीके अकबर रजी अल्लाह तआला अन्हु दी। मेरे अबू बकर दा दौर है, चेक करी जरा, हजरत हसन ते हुसैन मुहब्बत, खुलाफाए राशिदीन दी और खलीफाए अव्वल हजरत सिद्दीक अकबर दी मुहब्बत चेक करना जरा, हजरत सिद्दीक अकबर दी मुहब्बत अहले बैत ना चेक करना, फिर मैं मुहब्बत ना क्यों ना खा, गौर करिया दे जरा, सहाबा दे रुतबे सुनावन सवावे तेरा को सुभान अल्लाह, सहाबा दे रुतबे सुनावन सवावे, सहाबा दे रुतबे सुनावन सवावे, गुलामे सहाबा सदामन जवाबे, सहाबा दे रुतबे सुनामन जवाबे, मुहम्मद दे यारा दे कदमां दे थल्ले ए अखियां ते पलका बेचामन जवाबे, सहाबा दे रुतबे सुनावन सवाबे, गुलामे सहाबा सदामन सवाबे, सहाबा दी इज्जत ते अजमत दी खातिर, सहाबा दी इज्जत ते अजमत दी खातिर, ए जलसे ए महफल करामन सवाबे, फिर कहो सुभान अल्लाह, अल्लाह अल्लाह। नबी बाग दे सहाबा हजरत सैयदना अबू बकर सिद्दीक रजी अल्लाह तआला अन्हु, मैं सैयदना सिद्दीक अकबर दी गल कर रहा, कौन मेरे पैगंबर दे सहाबा और कौन हजरत अबू बकर सिद्दीक, मेरे सिद्दीक दा दौर, हजरत अबू बकर सिद्दीक दे कोल एक खबर पहुंचाने वाला आया है, आके आंदा है अबू बकर जी जन मैनू पता लगा है हजरत हसन ते हुसैन दी मां नबी पाक दी लख ते जिगर हजरत सैयदना अल्लाह हजरत सैयदा फातिमा तुज़हरा रदी अल्लाह तआला अन्हा हजरत हैदर करार दी ज़ौडा हजरत फातिमा बीमार हो गई ने, जान दियो एक कौन सैयदा फातिमा ने, कौन सैयदा जा हराने, मेरे पैगंबर दी अहलन व सहलन मरहबा, जी या नो खुश आमदीद कायदे
اہل حدیث حضرت جناب علامہ حافظ فیصل عبدال شیخ صاحب حافظہ اللہ تعالیٰ تشریف لینے تے میں ان گل مکان لگا دھیان کرنا ذرا غور کرنا کون حضرت سیدہ فاطمہ کون سیدہ زہرا جدانا فاطمہ اے حسنین دی امائے اچھی کہو سبحان اللہ جدانا فاطمہ اے حسنین او چھائے حسنین دی امائے جدانا فاطمہ اے حسنین دی امائے ہر اہل ایمان دلوں کو خود جان ہے محمد محمد جیڑی جائے حسنین دی امائے جدانا فاطمہ اے حسنین دی امائے ہر ایک نسان پھڑی آئے زہرا دا پاک پلہ ہر ایک نسان پھڑی آئے زہرا دا پاک پلہ پردہ نشی جو ہیں اُنہ عورتاں دی واللہ جو امیر کاروائیں امیر کاروائیں حسنین دی امائیں جدانا فاطمہ اے حسنین دی امائیں توجہ آخری گل حضرت صدیق اکبر دا دور ادھر جناب ابوبکر نو پتہ لگے حضرت خاتون جنت نبی پاک دی نور نظر فاطمہ بیمار ہو گئیاں نے فوراً گھر دے اندر آئے نے آ کے فرماندے نے اپنی زوجاں نوں اسماء بنت امیس جنہاں دا نام ہے فرمان لگے اسماء جلدی کرنا کچھ کھان پین دا سامان لے لے کو اپنا سامان تیار کر لے میرے سرتاج خیر تے ایوے اج بڑے پریشان پے لگنے ہو حضرت ابو بکر فرماندے نے ارماندے نے اسماء مینوں بڑی لیٹ پتہ لگا ہے مینوں اج پتہ لگا ہے نبی پاک دی فاطمہ بیمار حسن تے حسین دی ماں بیمار اے تیرے قرار میرے بھائی علی دی زوجہ بیمار ہو گئیاں نے فرمایا جلدی کرنا انہاں دی خدمت واسطے تینوں لے کے جانا ہے اوے وقت دا خلیفہ میرے پیغمبر دے دوست حضرت ابو بکر صدیق اپنی زوجہ نو لے کے جان دینے پے اللہ اللہ انج کہہ لو وقت دی ملکہ ہے اللہ اللہ صدیق اکبر دی زوجہ لے کے چل پے نے حضرت تیرے قرار دے بوئے تے گئے نے فرمایا آسمان ایک گل سن لے جدوں تک فاطمہ بالکل تندرست نہ ہو جائے جدوں تک نبی پاک دی بیٹی بالکل ٹھیک نہ ہو جائے ادوں تک واپس نہ آوی فاطمہ دی خدمت چ کمی نہ آوے فاطمہ دی سیوا چ کمی نہ آوے فرمایا خدمت کر جی پر پر کے کر خلوص نال کر رج رج کے کر اس خاندان دے نوکراں سی اس خاندان نال ساڈیاں محبتاں نے اے نیو نبی پاک دے صحابہ اہل بیت نوی محبت کر دے لے پے اللہ اللہ حسن تے حسین نال وی محبت کر دے لے پے اللہ اکبر نبی پاک دی نور نظر نال وی پیار کر دے لے پے قرآن آندا ہے فرمایا روحاں ماں
ابینہم تراہم رکان سجدیں یبتغون فضلا من اللہ ورضوانا. اللہ کو دعا ہے اللہ سانو صحابہ اہل بیت دی محبت نصیب فرمائے, انہاں دے نقش قدم دے چلن دی توفیق دے. آخر دعوانا ان الحمدللہ رب العالمین. شیخ صاحب کو کراؤ دعا, دعا فرماؤ بھائی. اللہ پاک ساڈے واسطے بڑے اعزاز دی بات ہے, قائد محترم تشریف لائے. اللہ علم و عمل چ برکت فرمائے, تا دیر سایہ سلامت رکھے صحت ایمان نال. دعا فرماؤ یا ربی لک الحمد کما ینبغی لجلال وجہک وعظیم سلطانک. اللہم صلی علی محمد وعلی آل محمد کما صلیت علی ابراہیم وعلی آل ابراہیم انک حمید مجید. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. ربنا آتنا في الدنيا حسنة وفي الآخرة حسنة وقنا عذاب النار. ربنا ظلمنا أنفسنا وإن لم تغفر لنا وترحمنا لنكونن من الخاسرين. أذهب الباس رب الناس والسيم تشافي لا شفاء إلا شفاءك شفاء لا يغادر سقما. اللهم اغفر لنا أنت الغفور الرحيم. اللهم ارحمنا أنت أرحم الراحمين. اللهم ارزقنا أنت خير الرازقين. اللهم اشف مرضانا ومرض المسلمين. اللهم انصر المسلمین فی کل مکان. میرے مولا کریم جتنے آئے نے دوست احباب علماء کرام قائدین, اللہ سب دانا بیٹھنا سننا سنانا قبول فرما. ساڈے محترم برادر بھائی دوست حافظ مزمل صاحب دیاں محنتاں قبول فرما. اللہ اپنے اس گھر نوں رہندی دنیا تک آباد فرما. میرے مولا کریم اسی گناہگاراں غلطیاں معاف فرما. نیک اعمال تھوڑے جے اللہ جو کرنے آ مولا اپنی بارگاہ دے اندر قبول فرما. ہر محتاجی بیماری تنگ دستی تو اللہ محفوظ فرما. نظر بڑا دو ٹونا حضرت اسد کی نبوت دشمن مخالف دی شرارت تو محفوظ فرما. بری موت قبر اشر دیاں سختیاں جہنم دے عذاباں تو محفوظ فرما. غرور تکبر لالے دمے دکھلاوے ریاکاری نیک کمال دی تباہی نعمت دے زوال تو محفوظ فرما. ساڈے فوج چنگام دی بخشش فرما. اللہ کئیاں دیاں ماواں چلیاں گئیاں, کسے دا باپ چلا گیا, کئیاں دے جوان بیٹے ٹر گئے, کئیاں دے ویر بچھڑ گئے. اللہ جو فوت ہو گئے اللہ بخشش فرما. اللہ ساڈی دنیا آخرت بہتر فرما. اللہ ہر معاملے دے اندر اسی تیرے محتاج ہاں مولا, ساڈی مدد فرما. ہر میدان چ مدد فرما. میرے مولا کریم ہر میدان چ ساڈی مدد فرما. رب اغفر وارحم انت خیر الراحمین. اللہ میری جماعت واسطین دے حسد تو محفوظ فرما. اے میرے مولا کریم سونے میری جماعت دے قائدین دیاں محنتاں قبول فرما. رب اغفر وارحم انت خیر الراحمین. ربنا تقبل منا انک انت السمیع العلیم وتب علینا انک انت التواب الرحیم. صلی اللہ تعالی علی خیر خلق محمد وعلی آلہ وصحبہ اجمعین برحمتک یا ارحم الراحمین.